ਦੋ ਟਰੱਕਾਂ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਡਰਾਈਵਰ ਕੈਬਿਨ 'ਚ ਹੀ ਫਸ ਗਿਆ। ਤਾਂ ਦੱਸ ਦਈਏ ਕਿ ਕੈਬਿਨ 'ਚ ਫਸੇ ਡਰਾਈਵਰ ਦੀ ਮੌਤ ਹੋ ਗਈ ਹੈ। ਕੈਬਿਨ ਨੂੰ ਕਟਰ ਦੇ ਨਾਲ ਕੱਟ ਕੇ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਇੱਕ ਟਰੱਕ ਜਦੋਂ ਰੋਂਗ ਸਾਈਡ 'ਤੇ ਆ ਰਿਹਾ ਸੀ ਤਾਂ ਸਿੱਧੀ ਦਿਸ਼ਾ ਦੇ ਵੱਲ ਜਾ ਰਿਹਾ ਟਰੱਕ ਇਸ ਦੇ ਨਾਲ ਟਕਰਾ ਜਾਂਦਾ ਹੈ, ਜਿਸ 'ਚ ਇੱਕ ਟਰੱਕ ਦਾ ਡਰਾਈਵਰ ਕੈਬਿਨ 'ਚ ਹੀ ਫਸ ਜਾਂਦਾ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਹਾਦਸਾ ਵਾਪਰਿਆ। ਜਿਵੇਂ ਹੀ ਇਹ ਟਰੱਕਾਂ ਦੀ ਟੱਕਰ ਹੁੰਦੀ ਹੈ ਤਾਂ ਪਿੱਛੋਂ ਜਾ ਰਹੀ ਇੱਕ ਪਿਕਅਪ ਗੱਡੀ ਵੀ ਟਰੱਕ ਦੇ ਪਿੱਛੇ ਜਾ ਵੱਜਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਪਿਕਅਪ ਦਾ ਚਾਲਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਅਤੇ ਤਸਵੀਰ ਵੀ ਪਿਕਅਪ ਦੀ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਟਰੱਕਾਂ ਦੀ ਪਹਿਲਾਂ ਤਾਂ ਟੱਕਰ ਹੋਈ ਪਈ ਹੈ ਅਤੇ ਠੀਕ ਇੱਕ ਟਰੱਕ ਦੇ ਪਿੱਛੇ ਪਿਕਅਪ ਗੱਡੀ ਵੀ ਵੱਜੀ ਹੋਈ ਨਜ਼ਰ ਆ ਰਹੀ ਹੈ। ਤਾਂ ਭਿਆਨਕ ਇਹ ਸੜਕ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ, ਜਿੱਥੇ ਕਿ ਦੋ ਟਰੱਕਾਂ ਦੀ ਟੱਕਰ ਹੋਈ ਹੈ। ਇੱਕ ਟਰੱਕ ਚਾਲਕ ਆਪਣੀ ਗੱਡੀ ਨੂੰ ਲੈ ਕੇ ਰੋਂਗ ਸਾਈਡ ਤੋਂ ਆ ਰਿਹਾ ਸੀ ਤਾਂ ਉਸ ਸਮੇਂ ਸਿੱਧਾ ਜਾ ਰਿਹਾ ਇੱਕ ਟਰੱਕ ਇਸ ਟਰੱਕ ਦੇ ਨਾਲ ਟਕਰਾਇਆ ਜਾਂਦਾ ਹੈ ਅਤੇ ਇਸ ਦੇ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਹੈ। ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਟਰੱਕ ਡਰਾਈਵਰ ਕੈਬਿਨ ਦੇ ਵਿੱਚ ਹੀ ਫਸ ਜਾਂਦਾ ਹੈ, ਜਿਸ ਦੀ ਕਿ ਮੌਤ ਹੋ ਜਾਂਦੀ ਹੈ ਅਤੇ ਉਸਦੀ ਲਾਸ਼ ਨੂੰ ਕਟਰ ਦੇ ਨਾਲ ਕੱਟ ਕੇ ਬਾਹਰ ਕੱਢਿਆ ਜਾਂਦਾ ਹੈ। ਦੋ ਟਰੱਕਾਂ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਡਰਾਈਵਰ ਕੈਬਿਨ 'ਚ ਹੀ ਫਸ ਗਿਆ। ਤਾਂ ਦੱਸ ਦਈਏ ਕਿ ਕੈਬਿਨ 'ਚ ਫਸੇ ਡਰਾਈਵਰ ਦੀ ਮੌਤ ਹੋ ਗਈ ਹੈ। ਕੈਬਿਨ ਨੂੰ ਕਟਰ ਦੇ ਨਾਲ ਕੱਟ ਕੇ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਇੱਕ ਟਰੱਕ ਜਦੋਂ ਰੋਂਗ ਸਾਈਡ 'ਤੇ ਆ ਰਿਹਾ ਸੀ ਤਾਂ ਸਿੱਧੀ ਦਿਸ਼ਾ ਦੇ ਵੱਲ ਜਾ ਰਿਹਾ ਟਰੱਕ ਇਸ ਦੇ ਨਾਲ ਟਕਰਾ ਜਾਂਦਾ ਹੈ, ਜਿਸ 'ਚ ਇੱਕ ਟਰੱਕ ਦਾ ਡਰਾਈਵਰ ਕੈਬਿਨ 'ਚ ਹੀ ਫਸ ਜਾਂਦਾ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਹਾਦਸਾ ਵਾਪਰਿਆ। ਜਿਵੇਂ ਹੀ ਇਹ ਟਰੱਕਾਂ ਦੀ ਟੱਕਰ ਹੁੰਦੀ ਹੈ ਤਾਂ ਪਿੱਛੋਂ ਜਾ ਰਹੀ ਇੱਕ ਪਿਕਅਪ ਗੱਡੀ ਵੀ ਟਰੱਕ ਦੇ ਪਿੱਛੇ ਜਾ ਵੱਜਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਪਿਕਅਪ ਦਾ ਚਾਲਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਅਤੇ ਤਸਵੀਰ ਵੀ ਪਿਕਅਪ ਦੀ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਟਰੱਕਾਂ ਦੀ ਪਹਿਲਾਂ ਤਾਂ ਟੱਕਰ ਹੋਈ ਪਈ ਹੈ ਅਤੇ ਠੀਕ ਇੱਕ ਟਰੱਕ ਦੇ ਪਿੱਛੇ ਪਿਕਅਪ ਗੱਡੀ ਵੀ ਵੱਜੀ ਹੋਈ ਨਜ਼ਰ ਆ ਰਹੀ ਹੈ। ਤਾਂ ਭਿਆਨਕ ਇਹ ਸੜਕ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ, ਜਿੱਥੇ ਕਿ ਦੋ ਟਰੱਕਾਂ ਦੀ ਟੱਕਰ ਹੋਈ ਹੈ। ਇੱਕ ਟਰੱਕ ਚਾਲਕ ਆਪਣੀ ਗੱਡੀ ਨੂੰ ਲੈ ਕੇ ਰੋਂਗ ਸਾਈਡ ਤੋਂ ਆ ਰਿਹਾ ਸੀ ਤਾਂ ਉਸ ਸਮੇਂ ਸਿੱਧਾ ਜਾ ਰਿਹਾ ਇੱਕ ਟਰੱਕ ਇਸ ਟਰੱਕ ਦੇ ਨਾਲ ਟਕਰਾਇਆ ਜਾਂਦਾ ਹੈ ਅਤੇ ਇਸ ਦੇ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਹੈ। ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਟਰੱਕ ਡਰਾਈਵਰ ਕੈਬਿਨ ਦੇ ਵਿੱਚ ਹੀ ਫਸ ਜਾਂਦਾ ਹੈ, ਜਿਸ ਦੀ ਕਿ ਮੌਤ ਹੋ ਜਾਂਦੀ ਹੈ ਅਤੇ ਉਸਦੀ ਲਾਸ਼ ਨੂੰ ਕਟਰ ਦੇ ਨਾਲ ਕੱਟ ਕੇ ਬਾਹਰ ਕੱਢਿਆ ਜਾਂਦਾ ਹੈ।